ਸਤਿ ਸ਼੍ਰੀ ਅਕਾਲ ਸਾਰੇ ਆਪਣੀ YouTube ਦੀ ਵੀਡੀਓ ਦੇਖਣ ਵਾਲਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਵੀਡੀਓ ਫੋਰਡ 3610 ਦੀ ਜੋ ਕਿ 99 ਮਾਡਲ ਟਰੈਕਟਰ ਹੈ ਤੇ ਮਾਲਕ ਦਾ ਨਾਮ ਹੈ ਜੀ ਹਰਚਰਨ ਸਿੰਘ ਤੇ ਪਿੰਡ ਮਾਨਸਾਗੁਰ ਦਾ ਜ਼ਿਲ੍ਹਾ ਬਠਿੰਡਾ ਚ ਇਹ ਟਰੈਕਟਰ ਚੱਲ ਰਿਹਾ ਤੇ ਇਸ ਦੀ ਸਿਰਫ ਆਪਾਂ ਜਾਣਕਾਰੀ ਲਈ ਵੀਡੀਓ ਬਣਾਈ ਆ ਇਹ ਟਰੈਕਟਰ ਵਿਕਾਉ ਨਹੀਂ ਹੈ ਆਓ ਦੱਸਦੇ ਆਂ ਆਪਾਂ ਤੁਹਾਨੂੰ 3610 ਦੇ ਬਾਰੇ ਸਾਰੀਆਂ ਇਸ ਦੀਆਂ ਖੂਬੀਆਂ ਦੱਸਦੇ ਆਂ ਹਾਂਜੀ ਸਭ ਤੋਂ ਆਪਾਂ ਗੱਲ ਕਰਦੇ ਆਂ ਟਰੈਕਟਰ ਦੇ ਪਹਿਲਾਂ ਡੈਸ਼ਬੋਰਡ ਦੀ ਆਹ ਵੇਖ ਸਕਦੇ ਹੋ ਤੁਸੀਂ ਮੋਟੀ ਡੰਡੀ ਦਾ ਫੋਰਡ 3610 ਨੂੰ ਲੱਗਿਆ ਹੋਇਆ ਜੀ ਸਟੀering ਆਹ ਵੇਖ ਸਕਦੇ ਹਾਂ ਤੇ ਨਾਲ ਹੀ ਹੱਥ ਵਾਲੀ ਰੇਸ ਤੇ ਆ ਆ ਜਾਂਦਾ ਇਹਦਾ ਸਪੀਡ ਚਾਰਟ ਤੇ ਆਹ ਵੇਖੋ ਜੀ ਆਇਲ ਪ੍ਰੈਸ਼ਰ ਦੀ ਘੜੀ ਸਪੀਡੋਮੀਟਰ ਤੇ ਇੱਧਰ ਆ ਜਾਂਦੀ ਹੈ ਜੀ ਟੈਂਪਰੇਚਰ ਗੇਜ ਆਹ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਆਇਲ ਪ੍ਰੈਸ਼ਰ ਦੀ ਆਹ ਵੇਖ ਸਕਦੇ ਹੋ ਤੁਸੀਂ ਪਹਿਲੇ ਨੰਬਰ ਤੇ ਆਏ ਘੜੀ ਆਇਲ ਪ੍ਰੈਸ਼ਰ ਦੀ ਤੇ ਨਾਲ ਹੀ ਆ ਜਾਂਦਾ ਫੋਰਡ ਦਾ ਮੀਟਰ ਆਹ ਵੇਖ ਸਕਦੇ ਹਾਂ 2600 ਚੱਕਰ ਸ਼ੋਅ ਕਰ ਰਿਹਾ ਇਹਨਾਂ ਨੇ ਪੰਪ ਦਾ ਕੰਮ ਕਰਵਾਇਆ ਸੀ ਤੇ ਹੁਣ ਇਹ ਦੱਸ ਦਿਆ ਵੀ ਚਲਾ ਜਾਂਦਾ 2400 ਚੱਕਰ ਤੱਕ ਚਲਾ ਜਾਂਦਾ ਟਰੈਕਟਰ ਤੇ ਆ ਆ ਜਾਂਦੀ ਹੈ ਜੀ ਟੈਂਪ ਗੇਜ ਤੇ ਹੁਣ ਗੱਲ ਕਰਦੇ ਆਪਾਂ ਟਰੈਕਟਰ ਦੇ ਗੇਅਰ ਲੀਵਰਾਂ ਬਾਰੇ ਆਹ ਵੇਖ ਸਕਦੇ ਹਾਂ ਹਾਈ 'ਚ ਲੱਗਿਆ ਹੋਇਆ ਟਰੈਕਟਰ ਵਿਚਾਲੇ ਨਿਊਟਰਲ ਆ ਜਾਂਦਾ ਤੇ ਅੱਗੇ ਲੋ ਤੇ ਹੁਣ ਫੇਰ ਹਾਈ 'ਚ ਲੱਗ ਚੁੱਕਾ ਤੇ ਬਾਕੀ ਇਹਦੇ ਸਾਰੇ ਗੇਅਰ 3600 ਵਾਲੇ ਨਹੀਂ ਜਿਵੇਂ ਇੱਥੇ ਪਹਿਲਾ ਲੱਗ ਜਾਂਦਾ ਤੇ ਇੱਥੇ ਲੱਗ ਜਾਂਦਾ ਦੂਜਾ ਤੇ ਇੱਥੇ ਅੱਗੇ ਨੂੰ ਟਾਪ ਲੱਗ ਜਾਂਦਾ ਤੇ ਪਿੱਛੇ ਬੈਕ ਤੇ ਇੱਧਰ ਲੱਗ ਜਾਂਦਾ ਇਹ ਤੀਜਾ ਸਾਰੇ 3600 ਦੀ ਗੀਅਰ ਨੇ ਤੇ ਬਾਕੀ ਆਹ ਵੇਖੋ ਜੀ ਆ ਇੰਜਨ ਸਟਾਪ ਦੀ ਚੋਕ ਆ ਜਾਂਦੀ ਹੈ ਤੇ ਇੱਧਰ ਆ ਜਾਂਦੀ ਹੈ ਲਾਈਟਾਂ ਦੀ ਸਵਿਚ ਤੇ ਹੁਣ ਇੱਧਰ ਦੀ ਦੱਸ ਦਿਆਂ ਜੀ ਤੁਹਾਨੂੰ ਆਪਾਂ ਆ ਆ ਜਾਂਦੀ ਹੈ ਇਹਦੀ ਚਾਬੀ ਜੀ ਤੇ ਇਸ ਦੇ ਥੱਲੇ ਆ ਹਾਰਨਸ ਵਿੱਚ ਤੇ ਆਹ ਵੇਖ ਸਕਦੇ ਹੋ ਆਈਸੀ ਲੈਟਰ ਹੈ ਡਰੈਕਟਰ ਦਾ ਜੋ ਕਿ ਬਾਅਦ ਚੋਂ ਲਵਾਇਆ ਹੋਇਆ ਇਹ ਕੰਪਨੀ ਫਿੱਟਰ ਨਹੀਂ ਸੀ ਕੰਪਨੀ ਫਿੱਟਰ ਇਹ ਟਰੈਕਟਰਾਂ ਦੀ ਸਿਰਫ ਹੱਥ ਵਾਲੀ ਰੇਸ ਆਉਂਦੀ ਸੀ ਤੇ ਬਾਕੀ ਆਪਾਂ ਹੋਰ ਵੀ ਦੱਸਦੇ ਹਾਂ ਤੁਹਾਨੂੰ ਆਹ ਵੇਖ ਸਕਦੇ ਹੋ ਜੀ ਟਰੈਕਟਰ ਤੇ ਲਿਫਟ ਲੀਵਰਸ ਤੁਸੀਂ ਆਹ ਹੈ ਜੀ ਕੰਟਰੋਲ ਦਾ ਤੇ ਇਧਰ ਵਾਲਾ ਆ ਜਾਂਦਾ ਇਸ ਨੂੰ ਸਿਰੇ ਲਾਏ ਤੋਂ ਬਿਲਕੁਲ ਉੱਪਰ ਚੱਕਦਾ ਟਰੈਕਟਰ ਲਿਫਟ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹ ਟਰੈਕਟਰ ਹੈ ਸਿੰਗਲ ਕਲਚ ਤੇ ਆਹ ਵੇਖ ਰਹੇ ਹਾਂ ਆਹ ਮਾਡਲ ਦਾ ਮਾਰਕਾ ਸ਼ੋ ਹੋ ਰਿਹਾ ਜੀ ਗੇਅਰਬਾਕਸ ਤੇ 89 ਮਾਡਲ ਹੈ ਤੇ ਆਹ ਵੇਖ ਸਕਦੇ ਹੋ ਤੁਸੀਂ ਗियर ਪੀਟੀਓ ਦਾ ਲੀਵਰ ਇਸ ਨੂੰ ਪਿੱਛੇ ਕਰੇ ਤੋਂ ਇੱਥੇ 540 ਆਪਰੇਟ ਕਰਦਾ ਹੈ ਜੀ ਤੇ ਅੱਗੇ ਨੂੰ ਆ ਜਾਂਦਾ ਨਿਊਟਰਲ ਤੇ ਇਹ ਸਿੰਗਲ ਕਲਚ ਹੈ ਤੇ ਇਸ ਦਾ ਸਟੀering ਟਾਈਪ ਦੀ ਗੱਲ ਕਰੀਏ ਸਟੀering ਹੈ ਜੀ ਇਸ ਦਾ ਮਕੈਨੀਕਲ ਸਟੀering ਤੇ ਇਹ ਟੂ ਰੋਡ ਦਾ ਡਾਇਰੈਕਟਰ ਹੈ ਜੀ ਇੱਕ ਇਧਰੋਂ ਕਨੈਕਟਰ ਰੋਡ ਜਾਂਦੀ ਹੈ ਜੀ ਇਧਰਲੇ ਟਾਇਰ ਨੂੰ ਤੇ ਦੂਜੀ ਬ੍ਰੇਕ ਸਾਈਡ ਤੋਂ ਜਾਂਦੀ ਆ ਆਹ ਵੇਖ ਸਕਦੇ ਹੋ ਤੁਸੀਂ ਹੁਣ ਆਪਾਂ ਗੱਲ ਕਰਦੇ ਹਾਂ ਡਾਇਰੈਕਟਰ ਦੇ ਟਾਇਰ ਸਾਈਜ਼ ਦੀ ਆਹ ਵੇਖ ਸਕਦੇ ਹਾਂ ਐਮ ਆਰ ਐਫ ਦੇ origignal ਟਾਇਰ ਲੱਗੇ ਹੋਏ ਨੇ ਜੀ ਇਹਨਾਂ ਤੇ ਇਹ 600 16 ਦੇ ਟਾਇਰ ਨੇ ਇਸ ਨੂੰ ਤੇ ਹੁਣ ਗੱਲ ਕਰਦੇ ਆਪਾਂ ਟਰੈਕਟਰ ਦੇ ਬੈਕ ਟਾਇਰਾਂ ਦੀ ਆਹ ਵੇਖ ਸਕਦੇ ਹਾਂ ਅਪੋਲੋ ਗ੍ਰੇਸ਼ਕ ਦੇ ਬੈਕ ਟਾਇਰ ਲੱਗੇ ਹੋਏ ਨੇ ਟਰੈਕਟਰ ਨੂੰ ਤੇ 13 6 28 ਦਾ ਇਹਦਾ ਸਾਈਜ਼ ਹੈ ਜੀ ਟਾਇਰ ਦਾ ਤੇ ਆਹ ਵੇਖ ਸਕਦੇ ਹਾਂ ਮੱਡਗਾਰਡ ਚੇਂਜ ਕੀਤੇ ਗਏ ਆ ਟਰੈਕਟਰ ਦੇ ਤੇ ਆਹ ਫਾਈਬਰ ਦੀ ਛਤਰੀ ਵੇਖ ਸਕਦੇ ਹਾਂ ਉੱਪਰ ਲਾਈਟਾਂ ਲੂਟਾਂ ਪੱਖੀ ਦੀ ਸੁਵਿਧਾ ਦਿੱਤੀ ਹੋਈ ਹੈ ਜੀ ਤੇ ਸਾਉਂਡ ਬਹੁਤ ਵਧੀਆ ਲੱਗਿਆ ਹੋਇਆ ਭਿੰਦਾਰਾਮਪਰਾ ਫੂਲ ਦਾ ਸਾਉਂਡ ਲੱਗਿਆ ਹੋਇਆ ਇਸ ਨੂੰ ਤੇ ਆਹ ਵੇਖੋ ਜੀ ਡਿਪਰ ਫੋਰਡ ਦੇ ਆਮ ਸਾਦੇ ਡਿਪਰ ਲਵਾਏ ਹੋਏ ਨੇ ਤੇ ਆਹ ਡੰਡਾ ਵੇਖੋ ਕਿੰਨਾ ਖੂਬਸੂਰਤ ਲਵਾਇਆ ਹੋਇਆ ਇਹਨਾਂ ਨੇ ਬਾਅਦ ਵਿੱਚ ਲਵਾਇਆ ਹੋਇਆ ਜਿਵੇਂ ਕਿ ਫੋਰਡ ਦੇ ਡੰਡੇ ਤਾਂ ਇੱਥੋਂ ਲੱਗ ਕੇ ਇੱਥੋਂ ਤੱਕ ਬਿਲਕੁਲ ਢੀੜੇ ਜਿਹੇ ਡੰਡੇ ਹੁੰਦੇ ਆ ਤੇ ਆਹ ਉਸ ਤੋਂ ਬਾਅਦ ਚੌੜੇ ਲਵਾਏ ਹੋਏ ਆ ਜੀ ਇਸ ਤੇ ਨਾ ਬੈਠਣ ਨੂੰ ਆਸਾਨੀ ਹੁੰਦੀ ਹੈ ਤੇ ਆਹ ਵੇਖ ਸਕਦੇ ਹਾਂ ਇੱਕ ਸਪੋਰਟ ਦਿੱਤੀ ਹੋਈ ਹੈ ਜੀ ਫਰੰਟ ਹਿੱਸੇ ਨੂੰ ਤਾਂ ਆਹ ਵੇਖ ਸਕਦੇ ਹੋ ਇੱਥੋਂ ਤੇ ਐਡਜਸਟੇਬਲ ਐਕਸਲੈਂਸ ਦਾ ਤੇ ਆਹ ਫਰੰਟ ਦਾ ਥਿਊ ਵਿਊ ਵਿਖਾ ਰਹੇ ਆ ਤੁਹਾਨੂੰ ਆਪਾਂ 3610 ਦਾ ਤੇ ਇਹਨਾਂ ਨੇ ਬੰਪਰ ਬਾਅਦ ਵਿੱਚ ਲਵਾਇਆ ਹੋਇਆ ਪਹਿਲਾਂ 3610 ਨੂੰ ਇਹੋ ਜਿਹਾ ਬੰਪਰ ਨਹੀਂ ਆਉਂਦਾ ਜੀ ਤੇ ਟਰੈਕਟਰ ਦਾ ਨੰਬਰ ਵੇਖ ਸਕਦੇ ਹੋ ਤੁਸੀਂ PIK 46 79 ਤੇ ਅੱਗੇ ਵੇਖ ਸਕਦੇ ਹਾਂ ਆਹ ਗ੍ਰਿਲ ਦੇਖੋ ਜੀ ਕਿੰਨੀ ਵਧੀਆ ਲੱਗੀ ਹੋਈ ਆ ਰੇਡੀਏਟਰ ਨੂੰ ਹਵਾ ਦੀ ਕਰਾਸਿੰਗ ਲਈ ਤੇ ਆਹ ਲਾਈਟਾਂ ਵੇਖ ਸਕਦੇ ਹੋ ਫੋਰਡ ਦੀਆਂ ਤਾਂ ਦੇਖੋ ਜੀ ਏਅਰ ਕਲੀਨਰ ਆ ਜਾਂਦਾ ਜੀ ਇਸ ਤੇ ਕਲਚ ਸਾਈਡ ਤੇ ਸ਼ੋਅ ਦੇ ਵਿੱਚ ਹੀ ਇਹਦਾ ਹੰਦਾ ਏਅਰ ਕਲੀਨਰ ਤੇ ਸਲੈਂਸਰ ਇਸ ਦਾ 3600 ਨਾਲੋਂ ਅਲੱਗ ਦਾ ਸਲੈਂਸਰ ਹੁੰਦਾ ਹੀ ਥੋੜਾ ਆਹ ਵੇਖ ਸਕਦੇ ਹਾਂ ਆਹ ਵੇਖੋ ਜੀ ਹੁਣ ਆਪਾਂ ਤੁਹਾਨੂੰ ਇਧਰਲੀ ਸਾਈਡ ਦਾ ਦੱਸਦੇ ਹਾਂ ਪਹਿਲਾਂ ਇਸ ਦੇ ਲੱਗਿਆ ਹੋਇਆ ਸਭ ਤੋਂ ਪਹਿਲਾਂ ਰੇਡੀਏਟਰ ਉਸ ਤੋਂ ਪਿੱਛੇ ਆ ਜਾਂਦਾ ਜੀ ਆਲਟਰਨੇਟਰ ਤੇ ਜੇ ਆਪਾਂ ਟਰੈਕਟਰ ਪਾਵਰ ਸਟੀering ਕਰਵਾਉਣਾ ਹੋਵੇ ਤਾਂ ਇੱਥੇ ਪੰਪ ਲੱਗ ਕੇ ਪਾਵਰ ਸਟੀering ਹੋ ਜਾਂਦਾ ਤੇ ਆਹ ਸਲੈਂਸਰ ਦੀ ਪੱਠੀ ਵੇਖ ਸਕਦੇ ਹੋ ਤੇ ਪਿੱਛੇ ਇੰਜਨ ਆਇਲ ਫਿਲਟਰ ਆ ਜਾਂਦਾ ਜੀ ਆ ਵੇਖੋ ਤੇ ਆ ਆ ਜਾਂਦੀ ਹੈ ਜੀ ਫੋਰਡ ਦੀ ਗੇਜ ਜੋ ਕਿ ਮੁਗਲੈਲ ਨਾਪਣ ਦੀ ਗੇਜ ਹੁੰਦੀ ਆ ਤੇ ਇਹ ਟਰੈਕਟਰ ਬਿਲਕੁਲ ਹਜੇ ਤੱਕ ਵਧੀਆ ਹਾਲਤ ਚ ਚੱਲ ਰਿਹਾ ਕੋਈ ਇਹ ਮੁਗਲੈਲ ਨਹੀਂ ਚੱਕਦਾ ਤੇ ਇਸ ਦੇ ਨਾਲ ਹੀ ਪਿੱਛੇ ਆ ਜਾਂਦਾ ਜੀ ਟਰੈਕਟਰ ਦਾ ਲਿਫਟ ਫਿਲਟਰ ਆ ਆ ਜਾਂਦਾ ਇਹ ਲਿਫਟ ਫਿਲਟਰ ਤੇ ਇੱਥੇ ਆ ਜਾਂਦਾ ਜੀ ਪੰਪ ਜਿਵੇਂ ਕਿ ਫੋਰਡ ਦੀ ਲਿਫਟ ਬਹੁਤ ਜ਼ਿਆਦਾ ਆਰਾਮਦਾਇਕ ਹੁੰਦੀ ਹੈ ਜੀ ਕੰਟਰੋਲ ਜ਼ਿਆਦਾ ਵਧੀਆ ਹੁੰਦਾ ਇਸ ਦਾ ਤੇ ਆ ਜਾ ਰਹੀ ਹੈ ਜੀ ਇਸਦੀ ਪਿੱਛੇ ਨੂੰ ਕਲਚ ਦੀ ਰੋੜ ਆ ਵੇਖ ਸਕਦੇ ਹਾਂ ਇਸ ਤਰ੍ਹਾਂ ਪਿੱਛੇ ਜਾਂਦੀ ਆ ਤੇ ਉੱਪਰ ਆ ਕੇ ਆ ਵੇਖੋ ਕਲਚ ਦੱਬੇ ਤੋਂ ਇਹ ਪਿੱਛੇ ਨੂੰ ਚਲੀ ਜਾਂਦੀ ਆ ਤੇ ਹੁਣ ਵਗੋਣੇ ਤੁਹਾਨੂੰ ਆਪਾਂ ਟਰੈਕਟਰ ਦੇ ਇਧਰ ਬ੍ਰੇਕ ਸਾਈਡ ਦਾ 뷰 ਆ ਵੇਖ ਸਕਦੇ ਹਾਂ ਬ੍ਰੇਕ ਪੈਡਲ ਤੇ ਆ ਬ੍ਰੇਕ ਜੇ ਆਪਾਂ نیچے ਦੱਬ ਕੇ ਇਥੋਂ ਹੈਂਡ ਬ੍ਰੇਕ ਹੋ ਜਾਂਦੇ ਜੀ ਲੋਕ ਇਸ ਨੂੰ ਉੱਪਰ ਖਿੱਚ ਕੇ ਤੇ ਹੋ ਜਾਂਦੇ ਨੇ ਤੇ ਆਹ ਹੁੰਦਾ ਜੀ ਇਸ ਦਾ ਡਿਫਰੈਂਸ਼ੀਅਲ ਲੀਵਰ ਜੋ ਕਿ ਇਸ ਸਮੇਂ ਇਹਨਾਂ ਨੇ ਪਾਰਕਿੰਗ ਤੋਂ ਬਾਹਰ ਕੀਤਾ ਹੋਇਆ ਹੈ ਤੇ ਬਾਕੀ ਆਹ ਵੇਖ ਸਕਦੇ ਹਾਂ ਪਿੱਛੇ ਇਧਰਲੀ ਸਾਈਡ ਤੋਂ ਟਿਊਬਾਂ ਤੇ ਆਹ ਵੇਖ ਸਕਦੇ ਹਾਂ ਟਰੈਕਟਰ ਦੇ ਗੇਅਰ ਦੇ ਮਾਰਕੇ ਸਾਰੇ ਡੀਸੀਐਮ 4 ਦੇ ਪਾਰਕੇ ਲੱਗੇ ਹੋਏ ਨੇ ਇਸ ਨੂੰ ਤੇ ਆਹ ਇਸ ਦੇ ਫੁੱਟ ਰੈਸਟ ਵੇਖ ਸਕਦੇ ਹਾਂ ਇਧਰਲੀ ਸਾਈਡ ਤੋਂ ਤੇ ਆਈਸਿਲੇਟਰ ਤੁਹਾਨੂੰ ਆਪਾਂ ਪਹਿਲਾਂ ਵੀ ਵਿਖਾਇਆ ਸੀ ਤੇ ਆਹ ਜਾਂਦੀ ਹੈ ਜੀ ਸਟੀering ਦੀ ਕਨੈਕਟਿੰਗ ਰੋਡ ਇਸ ਸਾਈਡ ਦੀ ਤੇ ਇਸ ਤਰ੍ਹਾਂ ਟਾਇਰ ਨੂੰ ਤੇ ਕੈਂਚੀ ਹਿੱਸੇ ਦਾ ਟਰੈਕਟਰ ਹੈ ਜੀ ਇਹ ਆਹ ਵੇਖ ਸਕਦੇ ਹੋ ਤੁਸੀਂ ਤੇ ਇਧਰ ਆ ਜਾਂਦੇ ਆ ਜੀ ਟਰੈਕਟਰ ਤੇ ਡੀਜ਼ਲ ਫਿਲਟਰ ਤੇ ਆਹ ਫਿਊਲ ਟਾਈਪ ਦੇਖ ਸਕਦੇ ਹੋ ਤੁਸੀਂ ਇਸ ਤੋਂ ਜਾਂਦੀ ਹੈ ਜੀ ਆਹ ਪਾਈਪ ਲੱਗ ਕੇ ਪੰਪ ਦੇ ਵਿੱਚ ਜਾਂਦੀ ਆ ਤਿੰਨ ਸਿਲੰਡਰ ਟਰੈਕਟਰ ਹੈ ਜੀ ਇਹ ਆਹ ਵੇਖ ਸਕਦੇ ਹੋ ਤੁਸੀਂ ਮਾਈਕ੍ਰੋਬੋਸਕ ਦਾ ਇਨਲਾਈਨ ਪੰਪ ਲੱਗਿਆ ਹੋਇਆ ਇਸ ਟਰੈਕਟਰ ਨੂੰ ਤੇ ਬਾਕੀ ਉੱਪਰ ਉਹ ਵੇਖ ਸਕਦੇ ਹੋ ਤੁਹਾਨੂੰ 볼ਨਟ ਖੋਲ ਕੇ ਵਿਖਾਉਣੇ ਆ ਜੀ ਤੇ ਸਭ ਤੋਂ ਪਹਿਲਾਂ ਆ ਦੱਸਦੀ ਆ ਆਪਾਂ ਤੁਹਾਨੂੰ ਆ ਵੇਖੋ ਜੀ ਮਾਰਕਾ ਸ਼ੋ ਹੋ ਰਿਹਾ 89 ਦਾ ਮਾਰਕਾ ਤੇ 12 ਵੋਲਟ ਸੈਲਫ ਇਸ ਦੀ ਪੁਰਾਣੀ ਸੈਲਫ ਲੱਗੀ ਹੋਈ ਆ ਨਾਲ ਦੀ ਟਰੈਕਟਰ ਨੂੰ ਆ ਵੇਖ ਸਕਦੇ ਹਾਂ ਆ ਵੇਖ ਸਕਦੇ ਹਾਂ ਜੀ 볼ਨਟ ਖੋਲੇ ਤੋਂ ਟਰੈਕਟਰ ਦਾ ਇੰਜਨ ਦਾ ਵਿਊ ਤੁਸੀਂ ਤੇ ਇੱਥੇ ਇਸ ਦੀ ਟਿਕ ਜਾਂਦੀ ਸੀ ਜੇ ਪਹਿਲਾਂ ਬੈਟਰੀ ਤੇ ਜੋ ਕਿ ਇੱਥੋਂ ਆ ਨਟ ਖੁੱਲ ਕੇ ਆਹ ਵਾਲਾ ਨਟ ਖੁੱਲਕੇ ਇਹ ਬੈਟਰੀ ਬਾਕਸ ਇਧਰ ਬਾਹਰ ਨਿਕਲ ਜਾਂਦਾ ਸੀ ਤੇ ਆਹ ਹੈੱਡ ਦਾ ਵੀਊ ਵੇਖ ਸਕਦੇ ਹੋ ਤੁਸੀਂ ਸਾਰਾ ਤੇ ਆਹ ਰੇਡੀਏਟਰ ਵੇਖੋ ਫੋਰਡ ਦਾ ਆਇਰ ਕਲੀਨਰ ਦੀ ਪਾਈਪ ਆ ਕੇ ਇਧਰ ਇੰਜਨ ਨਾਲ ਕਨੈਕਟਿੰਗ ਹੁੰਦੀ ਆ ਤੇ ਆਹ ਫਾਇਰਿੰਗ ਆਰਡਰ ਵੇਖੋ 1 2 3 ਦਾ ਮਾਰਕਾ ਲੱਗਿਆ ਹੋਇਆ ਫੋਰਡ ਦਾ ਉੱਪਰ ਤੇ ਆਹ ਫਿਊਲ ਇੰਜੈਕਟਰ ਵੇਖ ਸਕਦੇ ਹਾਂ ਤਿੰਨ ਫਿਊਲ ਇੰਜੈਕਟਰ ਨੇ ਇਸ ਟਰੈਕਟਰ ਦੇ ਬਾਕੀ ਆ ਟੈਂਕੀ ਦੀਆਂ ਪਾਈਪਾਂ ਵੇਖ ਸਕਦੇ ਹਾਂ ਕੋਈ ਵਾਪਸੀ ਦੀ ਜਾ ਰਹੀ ਆ ਤੇ ਨੀਚੋਂ ਆ ਰਹੀ ਆ ਪੰਪ ਨੂੰ ਤੇਲ ਜਾਣ ਦੀ ਤੇ ਬਾਕੀ ਹੋਰ ਕੁਝ ਵੀ ਦੱਸ ਦਿਆਂ ਤੁਹਾਨੂੰ ਆਪਾਂ ਟਰੈਕਟਰ ਦੇ ਬਾਰੇ ਤੇ ਆਹ ਸਟਿੱਕਰ ਵੇਖ ਸਕਦੇ ਹੋ ਇਹ ਬਾਅਦ ਦਾ ਸਭ ਕੁਝ ਟਰੈਕਟਰ ਪੇਂਟ ਹੋਇਆ ਹੋਇਆ ਜੀ ਪਹਿਲਾਂ ਇਸ ਦਾ ਪੇਂਟ ਜ਼ਿਆਦਾ ਉੱਡ ਚੁੱਕਿਆ ਸੀ ਤਾਂ ਕਰਕੇ ਇਹਨਾਂ ਨੂੰ ਪੇਂਟ ਕਰਵਾਉਣਾ ਪਿਆ ਬਾਕੀ ਆ ਟਰੈਕਟਰ ਦਾ ਸਾਰਾ ਪੰਪ ਦਾ ਵੀਊ ਵੇਖ ਸਕਦੇ ਹੋ ਤੁਸੀਂ ਆ ਲੱਗਿਆ ਹੋਇਆ ਜੀ ਪੰਪ ਦੀ ਬੋਕੀ ਲੱਗੀ ਹੋਈ ਹੈ ਇੱਥੋਂ ਇਸ ਨੂੰ ਜੇ ਕਈ ਵਾਰ ਟਰੈਕਟਰ ਹਵਾ ਲੈ ਜਾਂਦਾ ਤੇਲ ਦੀ ਆ ਇਸ ਨੂੰ ਦਬ ਦਬ ਕੇ ਤੇ ਆਪਾਂ ਇਸ ਦੀ ਹਵਾ ਕਢਾ ਸਕਦੇ ਆ ਆ ਨੀਚੇ ਗਲਾਸੀ ਲੱਗੀ ਹੋਈ ਹੈ ਜੀ ਪੰਪ ਨੂੰ ਤੇ ਆ ਮਾਰ ਕੇ ਦੇਖ ਸਕਦੇ ਹੋ ਤੁਸੀਂ ਇੰਜਨ ਦੇ ਉੱਪਰ ਲੱਗੇ ਹੋਏ ਆ ਜੋ ਆਹ ਦੇਖ ਸਕਦੇ ਹੋ ਡੀ ਸੀ ਐਮ 4 ਦਾ ਮਾਰਕਾ ਲੱਗਿਆ ਹੋਇਆ ਤੇ ਆ ਜੋ ਪਾਈਪ ਜਾ ਰਹੀ ਹੈ ਆਪਣਾ ਜਦੋਂ ਪੰਪ ਓਵਰਫਲੋ ਹੋ ਜਾਂਦਾ ਤਾਂ ਇੱਥੋਂ ਦੀ ਤੇਲੇ ਬੈਕਸਿਟਦਾ ਜੀ ਇਸ ਸਮੇ ਇਹ ਬਾਹਰ ਆਏ ਸੀ ਜੀ ਬਾਹਰ ਨੂੰ ਆਪਾਂ ਇਹਨਾਂ ਕੋਲੇ ਆ ਕੇ ਵੀਡੀਓ ਬਣਾਈ ਤੇ ਆਹ ਦੇਖ ਸਕਦੇ ਹੋ ਪਿੱਛੋਂ ਲਿੰਕਾਂ ਦਾ ਵਿਊ ਟਰੈਕਟਰ ਇਹ ਡਿਸਟ੍ਰੀਬਿਊਟਰ ਦਾ ਨਹੀਂ ਹੈ ਮਾਡਲ ਪੁਰਾਣਾ ਹੋਣ ਕਰਕੇ ਆ ਵੇਖ ਸਕਦੇ ਹੋ ਪਰ ਇਹ ਲਿਫਟਾਂ ਦੀ ਟਰਾਲੀ ਹੈ ਤੇ ਵਰਕ ਕਰਦੀ ਆ ਆਡਾਪਟਰ ਲੱਗਿਆ ਹੋਇਆ ਪਲੱਗ ਵਾਲਾ ਦੂਜਾ ਤੇ ਆ ਲਿੰਕਾਂ ਵੇਖ ਸਕਦੇ ਹਾਂ ਮਜ਼ਬੂਤ ਲਿੰਕਾਂ ਨੇ ਜੀ ਫੋਰਡ ਦੀਆਂ ਜੈਨੂਇਨ ਲਿੰਕਾਂ ਨੇ ਇਸ ਦੀਆਂ ਤੇ ਸਟੇ ਬਾਰ ਇਹਨਾਂ ਨੇ ਬਾਅਦ ਵਿੱਚ ਲਵਾਏ ਹੋਏ ਨੇ ਤੇ ਸਭ ਤੋਂ ਪਹਿਲਾਂ ਤੁਸੀਂ ਆ ਟਿਊਬਾਂ ਵੇਖੋ ਜੀ ਫੋਰਡ ਦੀਆਂ ਬਹੁਤ ਜ਼ਿਆਦਾ ਮਜ਼ਬੂਤ ਤੇ オリジナル ਨਾਲ ਦੀਆਂ ਟਿਊਬਾਂ ਨੇ ਤੇ ਆ ਲੈਦਰ ਬ੍ਰੇਕਾਂ ਦਾ ਵੀਊ ਵੇਖ ਸਕਦੇ ਹਾਂ ਤੇ ਆ ਪੀਟੀਓ ਸ਼ਾਫਟ ਦੇਖ ਸਕਦੇ ਹੋ ਜੀ 540 ਚੱਕਰ ਦੀ ਆ ਤੇ ਉੱਪਰ ਹੁੱਕ ਵੇਖ ਸਕਦੇ ਹੋ ਨੌਨ ਅਡਜਸਟੇਬਲ ਹੁੱਕ ਹੈ ਜੀ ਫੋਰਡ ਦੀ ਤੇ ਆਹ ਵੇਖੋ ਡੰਡੇ ਦੇ ਪੁਆਇੰਟ ਬੁਖਾ ਰਹੇ ਆ ਜੀ ਤੁਹਾਨੂੰ ਆਪਾਂ ਇਹ ਇਸ ਦੇ ਸਿਰਫ ਦੋ ਪੁਆਇੰਟ ਹੁੰਦੇ ਨੇ ਜੀ ਹਾਰਡ ਤੇ ਸੌਫਟ ਮਿੱਟੀ ਲਈ ਤੇ ਲਿੰਕ ਵੈਸੇ ਤਾਂ ਇਧਰਲੀ ਵੀ ਅਡਜਸਟ ਹੋ ਜਾਂਦੀ ਆ ਤੇ ਵੈਸੇ ਜੇ ਆਪਾਂ ਆਹ ਕਰਨੀ ਹੋਵੇ ਤਾਂ ਜ਼ਿਆਦਾ ਤਾਂ ਆ ਹੀ ਹੁੰਦੀ ਆ ਕਿਉਂਕਿ ਇਧਰ ਲੀਵਰ ਲੱਗਿਆ ਹੋਇਆ ਤੇ ਆਹ ਵਾਲੀ ਲਿੰਕ ਕਿੱਲੀ ਕੱਢੀ ਹੁੰਦੀ ਹੈ ਜੀ ਉਹ ਨਟ ਖੋਲ ਕੇ نیچے ਵਾਲਾ ਤੇ ਆਹ ਸਟੇਅਰ ਵੀ ਦੇਖ ਸਕਦੇ ਹਾਂ ਇਧਰਲੀ ਸਾਈਡ ਦਾ ਤੇ ਉਧਰ ਬ੍ਰੇਕ ਦਾ ਟਰੰਮ ਲੱਗਿਆ ਹੋਇਆ ਜੀ ਤੇ ਉਸ ਤੇ ਵਿੱਚ ਬ੍ਰੇਕ ਦੀ ਵਰਕਿੰਗ ਹੁੰਦੀ ਆ ਸੁੱਕਾ ਬ੍ਰੇਕ ਹੈ ਜੀ ਇਹ ਸਾਨੂੰ ਪੈਡਲ ਵਾਲਾ ਸਿਰਫ ਤੇ ਆਹ ਦੇਖ ਸਕਦੇ ਹਾਂ ਪਿੱਛੇ 11 ਹਾਲ ਪਾਏ ਹੋਏ ਸੀ ਤੇ ਆਹ ਪਿੱਛੇ ਇੰਡੀਕੇਟਰ ਦੇਖ ਸਕਦੇ ਹਾਂ ਦੋ ਦੋ ਇੰਡੀਕੇਟਰ ਲਵਾਏ ਹੋਏ ਨੇ ਆ ਆ ਵੇਖੋ ਜੀ ਇਧਰ ਕਲਚ ਸਾਈਡ ਦਾ ਤੇ ਉਧਰ ਬ੍ਰੇਕ ਸਾਈਡ ਦਾ ਤੇ ਪਿੱਛੇ ਟਰੈਕਟਰ ਦਾ ਨੰਬਰ ਪਿੱਛੇ ਵੀ ਲਿਖਿਆ ਹੋਇਆ ਪੀ ਆਈ ਕੇ 4479 ਤੇ ਆ ਵੱਡੀ ਲਾਈਟ ਹੈ ਜੀ ਇਸ ਦੀ ਕੋਈ ਵੀ ਰਾਤ ਨੂੰ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਆਪਰੇਟਰ ਨੂੰ ਪਰੇਸ਼ਾਨੀ ਨਹੀਂ ਹੁੰਦੀ ਬਿਲਕੁਲ ਤੇ ਆ ਛਤਰੀ ਦਾ ਪਿੱਛੇ ਤੋਂ ਵੀਊ ਵੇਖ ਸਕਦੇ ਹੋ ਜੀ ਆ ਵੇਖ ਸਕਦੇ ਹੋ ਜੀ ਤੇ ਇਸ ਦੇ ਪਿੱਛੇ ਸਪੀਕਰ ਲੱਗੇ ਹੋਏ ਨੇ ਦੋ ਤੇ ਆ ਸ਼ੀਸ਼ੇ ਵੇਖ ਸਕਦੇ ਹੋ ਤੁਸੀਂ ਉਹ ਨੇ ਜੀ ਮਾਲਕ ਵੀਰ ਆਪਣਾ ਜ਼ਮੀਨ ਦੇ ਕਿਆਰੇ ਬੀਜ ਰਹੇ ਨੇ ਇਸ ਸਮੇ ਤੇ ਆ ਟਰੈਕਟਰ ਨਾਲ ਪਹਿਲਾ ਬਾਣ ਵਾਹਿਆ ਸੀ ਆਹ ਦੇਖ ਸਕਦੇ ਹੋ ਜੀ ਪ੍ਰੋਜੈਕਟਰ ਲੈਂਪ ਉੱਪਰ ਲੱਗੇ ਹੋਏ ਨੇ ਦੋ ਤੇ نیچے ਦੋ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਹੈ ਜੀ ਇਸ ਦਾ ਸ਼ੀਸ਼ਾ ਆਹ ਦੇਖ ਸਕਦੇ ਹੋ ਆਹ ਦੇਖ ਸਕਦੇ ਨਹੀਂ ਉੱਪਰ ਪੱਖਾ ਲੱਗਿਆ ਹੋਇਆ ਜੇ ਕਈ ਵਾਰ ਆਪਾਂ ਗਰਮੀ ਦੇ ਸਮੇਂ ਟਰੈਕਟਰ ਨੂੰ ਕੋਈ ਕੰਮ ਕਰ ਰਹੇ ਹਾਂ ਤਾਂ ਉੱਪਰ ਸਿਰ ਨੂੰ ਵਧੀਆ ਹਵਾ ਲੱਗਦੀ ਹੈ ਜੀ ਇਸ ਪੱਖੇ ਨਾਲ ਤੇ ਆਹ ਛਤਰੀ ਦਾ ਸਪੋਰਟਾਂ ਦੇਖ ਰਹੇ ਹੋ ਤੁਸੀਂ ਇੰਨਾ ਪਾਈਪ ਉੱਪਰ ਇਧਰੋਂ 36 80 ਹੋਈ ਆ ਤੇ ਆਹ ਸਪੀਕਰ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ 10 ਇੰਚੀ ਸਪੀਕਰ ਨੇ ਜੀ ਤੇ ਉੱਪਰ ਉਹ ਡੈਕ ਵੇਖ ਰਹੇ ਹੋ ਤੁਸੀਂ ਤੇ ਆਹ ਪਾਈਪ ਨੂੰ ਵੇਖ ਰਹੇ ਹੋ ਤੁਸੀਂ ਇੱਥੋਂ ਜਾਂਦੀ ਹੈ ਜੀ ਇਸ ਦੀ ਪਾਈਪ ਤੇ ਆਹ ਜੀ ਇਸ ਦੀ ਇਟ ਬੋਲਦੇ ਆ ਫੋਰਡ ਦੀ ਇਸ ਦੇ ਵਿੱਚ ਇਸ ਦੀ ਸਾਰੀ ਵਰਕਿੰਗ ਹੁੰਦੀ ਆ ਲਿਫਟ ਦੀ ਆ ਵੇਖ ਰਹੇ ਹੋ ਜੀ ਮਾਲਕ ਨੇ ਤਾਇਆ ਜੀ ਆਪ ਇਸ ਸਮੇਂ ਜਮੀਨ ਦੀ ਬਜਾਈ ਕਰ ਰਹੇ ਸੀ ਪਹਿਲਾਂ ਇਹਨਾਂ ਨੇ ਵਾਰਤੇ ਹੀ ਟਰੈਕਟਰ ਤੇ ਨਾਲ ਹੀ ਖੜੇ ਨੇ ਜੱਗਾ ਬਾਈ ਜੀ ਹੁਣ ਇਹ ਵਰਤ ਰਹੇ ਨੇ ਤੇ ਇਹਨਾਂ ਤੋਂ ਬਾਅਦ ਇਹ ਤੀਜੀ ਪੀੜ੍ਹੀ ਵੀ ਇਹ ਟਰੈਕਟਰ ਵਰਤ ਰਹੀ ਹੈ ਜੀ ਬਹੁਤ ਵਧੀਆ ਰਿਜ਼ਲਟ ਦੱਸਦੇ ਨੇ ਟਰੈਕਟਰ ਦਾ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਆਪਾਂ ਅਗਲੇ ਵੀਡੀਓ ਦੇ ਵਿੱਚ ਟਰੈਕਟਰ ਦੀ ਇੱਕ ਵਾਰੀ ਤੁਹਾਨੂੰ ਆਵਾਜ਼ ਸੁਣਾ ਦਈਏ ਚਲੋ ਬਾਈ ਕਰੋ ਸਟਾਰਟ ਆਹ ਵੇਖ ਸਕਦੇ ਹੋ ਟਰੈਕਟਰ ਨੇ ਕੇਰਾਂ ਧੂਆਂ ਦਿਖਾਇਆ ਤੇ ਉਸ ਤੋਂ ਬਾਅਦ ਟਰੈਕਟਰ ਧੂਆਂ ਨਹੀਂ ਦਿਖਾ ਰਿਹਾ ਬਹੁਤ ਵਧੀਆ ਇੰਜਨ ਹੋਇਆ ਇਹਦਾ ਤੇ ਬਾਕੀ ਟਰੈਕਟਰ ਦਾ ਫੁਕਾਰਾ ਨਹੀਂ ਹੁੰਦਾ ਇਸ ਦਾ 3600 ਦਾ ਫੁਕਾਰਾ ਹੁੰਦਾ ਬਾਈ ਰੇਸਾਂ ਦੱਬ ਕੇ ਦਿਖਾਓ ਆਹ ਵੇਖ ਸਕਦੇ ਹੋ ਧੂਆਂ ਤਾਂ ਬਿਲਕੁਲ ਹੀ ਨਹੀਂ ਦਿਖਾ ਰਿਹਾ ਆਹ ਵੇਖ ਸਕਦੇ ਹੋ ਕਿੰਨਾ ਵਧੀਆ ਚੱਲਦਾ ਹੈ ਕਿੰਨੀ ਸਾਫ਼ ਆਵਾਜ਼ ਪਈ ਹੈ ਟਰੈਕਟਰ ਦੀ ਤੇ